ਮਰਨਾ ਸੱਚ ਸਮਝ ਕੇ ਤਿੰਨਾਂ ਦੀ ਵਿਸ਼ਿਆਂ ਵਿੱਚ ਪ੍ਰਵਿਰਤੀ ਨਹੀਂ ਹੁੰਦੀ, ਕਿਹਨਾਂ ਦੀ? ਰੱਬ ਦੇ ਜਨਾਂ ਪਿਆਰੀਆਂ ਗੁਰਮੁੱਖਾਂ ਦੀ। ਖਾਂਸ ਓਡਰ ਕੋਦ ਲੈ ਪਿਆ ਲੋਕ ਵਡਾਰਨ ਜਾਏ। ਜੈਸੇ ਹੰਸ ਉੱਡ ਕਰਕੇ ਜਿੱਥੇ ਕੋਧ ਦਾ ਅੰਨ ਮੋਟਾ ਹੁੰਦਾ ਹੈ ਤਹਾਂ ਚਲਾ ਗਿਆ, ਤਬ ਲੋਕ ਤਿਸ ਦੇ ਉਡਾਵਣੇ ਜਾਂਦੇ ਨੇ ਉਸ ਨੂੰ, ਹੰਸ ਨੂੰ, ਕਿ ਸਾਡਾ ਕੋਧਾ ਨਾ ਖਾ ਜਾਵੇ। ਪਰ ਇਹ ਨਹੀਂ ਪਤਾ ਉਹਨਾਂ ਭੋਲਿਆਂ ਲੋਕਾਂ ਨੂੰ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧ ਰਾਖਾਏ। ਤੋ ਉਹ ਲੋਕਾਂ ਦਾ ਸਮੁਦਾਇ, ਜਗਤ ਦਾ ਸਮੁਦਾਇ ਕਮਲਾ ਹੈ, ਗਹਿਲਾ ਕਮਲੇ ਨੂੰ ਕਹਿੰਦੇ ਨੇ। ਸੋ ਇਹ ਨਹੀਂ ਜਾਣਦਾ ਜੋ ਹੰਸ ਕੋਧਰੇ ਨੂੰ ਖਾਂਦਾ ਕੀ ਨਹੀਂ। ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਭਗਤ ਫਰੀਦ ਜੀ ਮਹਾਰਾਜ ਅਤੇ ਸੰਤ, ਕਿਸੇ ਗ੍ਰਹਿਸਥੀ ਦੇ ਘਰ ਵਿੱਚ ਕਦਾਚਿਤ ਚਲਾ ਵੀ ਜਾਵੇ ਰੱਬ ਦਾ ਪਿਆਰਾ, ਤਬ ਜੋ ਉਹਨਾਂ ਪਰ ਵਿਸ਼ੇ ਭੋਗ ਦੀ ਕੋਈ ਤਰਕ ਵੀ ਕਰੇ। ਸੋ ਕਮਲੇ ਲੋਕ ਮਨਮੁੱਖ ਇਹ ਨਹੀਂ ਜਾਣਦੇ, ਇਹ ਸੰਤ ਵਿਸ਼ੇ ਭੋਗਾਂ ਨੂੰ ਕਦੇ ਅੰਗੀਕਾਰ ਨਹੀਂ ਕਰਦੇ। ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ, ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ। ਭਗਤ ਫਰੀਦ ਜੀ ਮਹਾਰਾਜ ਪਾਵਨ ਵਚਨ ਕਹਿੰਦੇ ਨੇ ਪਿਆਰਿਓ, ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ। ਜੇ ਰਿਥੂ ਰਾਜੇ ਵਰਗੇ ਆਦਿਕ ਰਾਜਿਆਂ ਨੇ, ਵੱਡੇ ਧਰਮੀ ਰਾਜੇ, ਚੱਕਰਵਰਤੀ ਰਾਜੇ ਹੋਏ ਨੇ ਜਗਤ ਵਿੱਚ, ਪ੍ਰਿਥਵੀ ਉੱਪਰ ਗਾਉਂ ਵਸਾਈ ਸੀ ਤਲ, ਮਰਿਆਦਾ ਬੰਦੀ ਸੀ। ਐਸੇ ਵੱਡੇ ਮਹਾਨ ਚੱਕਰਵਰਤੀ ਰਾਜਿਆਂ ਨੇ ਇਸ ਸੰਸਾਰ ਜਗਤ 'ਤੇ, ਸੋ ਸੰਸਾਰ ਤੋਂ ਪੰਛੀਆਂ ਦੀਆਂ ਡਾਰਾਂ ਸਨ, ਜਿਵੇਂ ਡਾਰਾਂ ਪੰਛੀਆਂ ਦੀਆਂ ਆਉਂਦੀਆਂ ਨੇ ਲੰਘ ਜਾਂਦੀਆਂ ਨੇ, ਰਾਜਿਆਂ ਦੀਆਂ ਪੰਗਤੀਆਂ ਚੰਚਲ ਹੋ ਕੇ ਚਲੀਆਂ ਗਈਆਂ, ਕਿਉਂਕਿ ਜਾਣਾ ਸਭਨਾ ਨੇ ਹੈ। ਇਹ ਜਗਤ ਸੰਸਾਰ ਮੁਸਾਫਰ ਖਾਨਾ ਹੈ ਪਿਆਰਿਓ, ਮਤ ਕੋਈ ਭਰਮ ਵਿੱਚ ਰਵੇ ਦਾਵੇ ਬੰਨੇ, ਪਤਾ ਨਹੀਂ ਉਹ ਕਦੋਂ ਉਸ ਸੁਲੱਖਣੀ ਘੜੀ ਆ ਜਾਣੀ ਜਦੋਂ ਤੇਰੇ ਪ੍ਰਾਣ ਨਿਕਲ ਜਾਣੇ ਨੇ। ਇੱਕਦਮ ਦਾ ਵੀ ਤੈਨੂੰ ਭਰੋਸਾ ਨਹੀਂ, ਭਾਵੇਂ ਬਾਲਕ ਜਵਾਨ ਬਿਰਧ ਹੈ, ਉਸ ਸਮੇਂ ਦਾ ਨਹੀਂ ਪਤਾ, ਜਦੋਂ ਹੁਕਮ ਆਇਆ ਫਿਰ ਜਾਣਾ ਪਵੇਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਆਪਣੀ ਬਾਣੀ ਵਿੱਚ ਇਹ ਪਾਵਨ ਵਚਨ ਕਹਿੰਦੇ ਨੇ, ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ, ਇੱਕਦਮ ਦਾ ਭਰੋਸਾ ਨਹੀਂ। ਕਿ ਸਾਂ ਆਵੇ ਕਿ ਨਾ ਆਵੇ, ਫਰੀਦਾ ਸਰ ਭਰਿਆ ਪੀ ਚੱਲ ਸੀ ਥੱਕੇ ਕਬਲ ਅਕਲ। ਭਗਤ ਫਰੀਦ ਜੀ ਮਹਾਰਾਜ ਉਪਦੇਸ਼ ਦਿੰਦੇ ਨੇ, ਬਚਨ ਕਹਿੰਦੇ ਨੇ ਪਿਆਰਿਓ, ਸਰ ਭਰਿਆ ਪੀ ਚੱਲ ਸੀ ਥੱਕੇ ਕਬਲ ਇਕਲ। ਇਹ ਨਾਮ ਰੂਪ ਜਲ ਕਰਕੇ ਜੋ ਸੰਸਾਰ ਸਰੋਤ ਭਰਿਆ ਹੈ, ਸੋ ਪੀ ਸੰਪੂਰਨ ਚੱਲ ਸੀ ਭਾਵ ਨਸ਼ਟ ਹੋ ਜਾਵੇਗਾ ਇਸ ਵਿੱਚ। ਸੋ ਜੋ ਸੰਤ ਜਨ ਕਮਲ ਸਮ ਨਿਰਲੇਪ ਹੋ ਕੇ ਰਹਿੰਦੇ ਨੇ, ਰੱਬ ਦੇ ਜਨ ਪਿਆਰੇ ਸੰਤ ਨਿਰਲੇਪ ਇਕੰਤ ਸੇਵੀ ਹੋਏ ਨੇ, ਸੋ ਬ੍ਰਹਮ ਰੂਪ ਤਾਂ ਕਰਕੇ ਸਥਿਤ ਰਹੇ ਨੇ, ਕਿਉਂਕਿ ਸਰੀਰ ਕਰਕੇ ਸੰਸਾਰ ਵਿੱਚ ਕੋਈ ਸਥਿਤ ਨਹੀਂ ਰਹਿੰਦਾ। ਤਨ ਤਾਂ ਇਹ ਮਿੱਟੀ ਦੀ ਢੇਰੀ ਹੋ ਜਾਣਾ ਹੈ, ਸਰੀਰ ਵੀ ਆਪਾਂ ਇਸ ਤਨ ਵਿੱਚ ਰਹਿ ਨਹੀਂ ਸਕਦੇ, ਇੱਕ ਦਿਨ ਜਾਣਾ ਪਵੇਗਾ। ਪਰ ਬ੍ਰਹਮ ਗਿਆਨੀ ਸਰੀਰ ਵੀ ਕਿਵੇਂ ਰਹਿੰਦੇ ਨੇ? ਭਗਤ ਜੀ ਇਹ ਬਚਨ ਕਹਿੰਦੇ ਨੇ, ਕਿਉਂਕਿ ਬ੍ਰਹਮ ਵਿੱਚ ਮਿਲੇ ਹੋਏ ਨੇ ਰੱਬ ਦੇ ਪਿਆਰੇ। ਬ੍ਰਹਮ ਗਿਆਨੀ ਸਦ ਜੀਵ ਨਹੀਂ ਮਰਦਾ, ਉਸ ਦੀ ਵੀ ਰਹਿੰਦਾ ਹੈ, ਬ੍ਰਹਮ ਦੇ ਵਿੱਚ ਮਿਲਿਆ ਹੈ। ਕੇਤੜਿਆ ਜੁਗ ਵਾਪਰੇ
एक तपया बास। भगत जी फरमाते ने केतड़िया जुग वापरे एक तपया पास, तब कई जुग इको पासे पया दे। बतीत हो जाते ऐसे भगत फरीद जी महाराज वचन कहते ने, फरीदा इट सराने भोए सब कीड़ा लड़े ओ मास। मिलतू हो के कबर दे विच सराने विच इट रख के पृथ्वी सोना होया, बड़े बड़े राजे सौ गए। और तब कीड़ियां दा समुदाय मास विच लड़दा है। जब कहा रूपी कीड़ा शरीर विच लड़िया तब ऐसा सोना फिर किथे हुंदा, कबर विच हुंदा है प्यारे। के तड़िया जुग वापर एक तपया पास, तब कई जुग इको पासे पिया नू बतीत हो जांदे ने, कई जुग लंघ जांदे ने। उन विचारियां दे मास नू कीड़े कट करके खांदे ने। ये दो श्लोक भी फरीदकोट विच ही उच्चारण किए ने भगत फरीद जी महाराज जी, जमें राजा मोकल खार मृतु होया। भगत जी पावन वचन कहते ने, फरीदा पन्नी घड़ी सवनवी टुटी नागर लाजो। भगत फरीद जी महाराज वचन कहते ने, फरीदा पन्नी घड़ी सवन वे टुटी नागर लज। ये देही रूपी घड़ी जो श्रेष्ठ रंग वाली सी सो भज जाएगी, मृत्यु हो जाएगी, पुराना रूप श्रेष्ठ लज टुट जाएगी। अजराइल फरिश्ता कै घर नाठी अज। अजराइल फरिश्ता कै घर नाठी अज। अजराइल फरिश्ता धर्म राजे दा दूत, अज किसी दे घर दा परौना होवेगा। भगत जी ने पहला ही वचन कह दिते, अजराइल फरिश्ता कै घर नाठी अज। अज किसी दे घर दा धर्मराज दा दूत रौना होवेगा। भाव ये मोकलहा राजे दा रौना होवेगा, कैसा लहके जावेगा राजे नूं। अज राजा सुंदर तन नूं छड़ जावेगा। फरीदा पन्नी घड़ी सवनवी टूटी नागर लज। भगत जी वचन कहते ने, देही रूपी घड़ी सुंदर रंग वाली सो भज गई, क्योंकि सुंदर रंग सदीवी नहीं बनिया रहा। प्राणा रूपी नागर लज टुट गई है। जो सज्जन भोए भारत से क्यों आवे अज। जो राजा रूपी सज्जन पृथ्वी का आसरा रूप सी सो अज इस देही विच क्यों करके आ सकते ने, भाव अब वो नहीं आ सकते। फरीदा बेन वाजा कुतिया एह ना भली रीत। भगत फरीद जी महाराज वचन कहते ने, हे बेनवाजी कुकर पुरश, तेनू तो बंदगी ते बिना खोना ये भली रीत नहीं, तो नाम नहीं जपदा। तू बंदगी नहीं करता, ये भली रीत नहीं तेरी। फरीदा बेनवाजा कुतिया एह ना भली रीत, ये तेरी भली रीत ही नहीं। जो तू नाम नहीं जपदा नित दा नेमी नहीं बनया,
कबही चलना आया पंजे वक्त मसीत। क्योंकि नवाज दे पंजे वक्त विच तू कदी भी मसीत विच चल करके नहीं आया। उठ फरीदा उजू साज सुबह नवाज गुजार। हे भाई उठ करके उजू कर सुबह दी नवाज पढ़ ये समय नू गुजार। नवाज पढ़ के समय नू गुजार लाखा लै जो से रसाई ना सो सिर कब उतार। क्योंकि जेड़ा सिर परमेश्वर नू निमदा नहीं प्यारे हो उसो सिर कट के धड़ तो उतार दवो। जेड़ा सिर परमेश्वर नू निमदा नहीं जो सिर साई राद वै सो सिर की जय काए। जेड़ा सिर साई नू निमदा नहीं मत्था नहीं टेकदा सो सिर क्या करना किसी अर्थ नहीं आवेगा। फिर की बचन कहते ने भगत फरीद जी महाराज कुन्ने खेठ जलाई है बालन संदै थाए सो सिर शीपे दे रंग वाली देग जो रौ दिन चढ़ी रहिंदी है। तिस कुन्ने हेठ बालन दी जगह उस शीस नू जला दईए जो गुरु अगे निमन नहीं हुंदा मत्था नहीं टेकदा। कुन्ने हेठ जलाई है बालन संदै थाए फरीदा किथै तैंडै मापिया जिन्नी तू जाने हो है। भगत फरीद जी महाराज जी उपदेश दिंदे ने प्यारे हो जिस माता पिता ने तैनू उत्पन्न किया क्योंकि माता पिता के जरिए तेरा जन्म है। रगत बिंद कर निमया अगन उधर मजार सो अब किथे ने तेरे माता पिता भाव मृत्यु हो गए क्योंकि शरीर भी तो किसी ने रहना नहीं। रीदा ਕਿੱਥੇ ਤੈਂਡੈ ਮਾਪਿਆਂ ਜਿੰਨੀ ਤੂੰ ਜਾਣੇ ਓਖੇ ਤੈ ਪਾਸੋਂ ਓਏ ਲੱਦ ਗਏ ਤੂੰ ਅਜੈ ਨਾ ਪਤੀਣੋ। ਭਗਤ ਫਰੀਦ ਜੀ ਮਹਾਰਾਜ ਇਹ ਬਚਨ ਕਹਿੰਦੇ ਨੇ ਤੈ ਪਾਸੋਂ ਓਏ ਲੱਦ ਗਏ ਉਹ ਤੇਰੇ ਪਾਸੋਂ ਇਹ ਸੰਸਾਰ ਤੋਂ ਚਲੇ ਗਏ ਤੂੰ ਅਜੇ ਵੀ ਪਤੀੜੀਆਂ ਨਹੀਂ तेनू अवे अजे भी मरने की प्रतीत ना आई कि तन भसम की ढेरी है सदीवी उस तन विच मैं रहना नहीं। अनेक आए अनेक चले गए वारी तेरी भी आनी है वारी आपो अपनी कोये ना बंदा धीर कोई धीरज नहीं बन सकता। फरीदा मन मैदान कर टोए टिबे लाखे। के भाई प्यारे आ अग्ञान हंकार रूपी टोए टिब्बिया का संकल्प विकल्पा नू दूर करते मन नू मैदान वत साफ कर विकारा तो रहित हो के शुद्ध कर इस मन नू जो तेरी मत मलीन है शुद्ध कर। मन मैदान कर टोए टिब्बे लाखे अगै मूल नाया वसी दोजक संधि पाखे। भगत फरीद जी महाराज जी बचन कहते ने क्योंकि इस रीति दे करे आ प्यारिया अगे दोजक नरक की अग्नि मूल ते ही ना आवेगी तेनों नरकां दे दुख तो तू रहित हो जावेगा। महला पंजो फरीदा खालक खलक मह
खालक वसै रब माहे। भगत फरीद जी द्वारा जगत दे रहबर जगत गुरु पंजवें गुरु नानक गुरु अर्जन देव महाराज जी फरमाते ने, फरीदा खालक खालक मैं खालक वसै रब माहे। सो वाहेगुरु सर्व सृष्टि विच वसदा है मेरा प्रभु परमात्मा, सारी खलकत इस खालक विच वसदी है, सर्व रूप ओही हो रहा है, ओत पोत रव्या रूप रंग आप ही है सर्व व्यापक प्रभु। मंदा किसनो आखिया जा तिस बिन कोई ना, मंदा किस दो आखिया जा तिस बिन कोई ना, जब तिस तो बिना दूजा कोई है ही नहीं ते मंदा फिर किसनू उचारण करिए, क्योंकि सबना विच मेरा प्रभु आप बैठा है। भगतां ने पावन बचन कह दिते कि बोलदा भी आप है बुलाउंदा भी आप है, सब है घट राम बोलै रामा बोलै राम बिना को बोलै रे, बुलाया बोली खसम का वो आप बुलाउंदा आपां बोलदे हां, क्योंकि आप सबना विच बैठा है मेरा प्रभु। फरीदा जे देह नाला कपया जे गल कपे चोख, जिस दिन दे विच दाई ने नाड़ुआ कटिया सी, भगत फरीद जी ये बचन कहिंदे ने, जे देह नाला कपया जे गल कपे चोख, जिस दिन दे विच दाई ने नाड़ुआ कटिया सी ते समय जेकर थोड़े मात्र तेरे गल नूं ही कट दिंदे। पात जी कहिंदे ने पवन ना इती मावले सहा ना इती दुख, पात जी कहिंदे ने तो इतने दुख रूप कदिए ना तैनू पैंदे, जे तेरा गला ही कट दिंदी नाड़ुए दी जगह, ना इतने दुखां नूं तू सहारदा। चबण चलण रतन से सुनियर बह गए, चबण वाले जो दंद सी और चलण वाले जो चरण सी प्यारे, हो रतन रूप जो अपने नेत्र ने, कन सुनियर को संपूर्ण इंद्रे आपो अपने काम तो चले गए रहत हो गए। खेड़े मोती तासे जानी चल गए, जब वो मित्र जो आप दे साथ रहने वाले सी सो भी संपूर्ण चले गए, तब शरीर ने रोने दी आवाज रूप धा छड़ी, धा ऐसी दिती भावे के बिरध अवस्था में संपूर्ण अंग स्थिल हो जाते, जो मनुख बिरध हो जाता फिर सारे अंग अस्तूल हो जाते, ऐसी अस्थिल हो जाते ने कि निर्बल हो जाते ने। चबण चलण रतन से सुनियर बह गए, खेड़े मुती ताहा से जानी चल गए, फरीदा बुरे दा भला कर गुस्सा मन ना हंडाए। भगत फरीद जी महाराज उपदेश दिंदे ने प्यारे, ओ बुरे दा भला कर मन दे विच गुस्सा ना रख, फरीदा बुरे दा भला कर गुस्सा मन ना हंडाए, देही रोग ना लागई भलै सब किश पाए। पत जी फरमाते ने फिर की फल मिलेगा तेनों, सूखम देही नू हंकार रूपी रोग नहीं लगेगा, क्योंकि हंकार प्यारियो परमेश्वर नू पाउंदा नहीं, हर जू हंकार ना पावे। फिर
हंकार रूपी देही नू रोग नहीं लगेगा। धर्म अर्थ काम मोह के चार पदार्थ ने सारे फल हिरदे रूपी पल्ले विच तू सुते पा लवेगा। फरीदा पंख परौणी दुनी सुहावा वाग। भगत फरीद जी महाराज वचन कहते नहीं कि प्यारे हो ये दुनिया रूपी जो बाग बड़ा सुभाईमान बड़ा सोहना है सोभरिया है इस विच जीव रूप पंछियों की पंक्ति परौणचारी वत होंगी जिमें परौने आते ने चले जाते हैं सदी भी घर रह नहीं सकते मुख आया है इसने भी चले जाना है थोड़ा काल रहने वाली है। पंख परौणी दुनी सुहावा वाग नौबत वजी सुबह स्यों चलन का कर साज। नौबत वजी सुबह स्यों चलन का कर साज। इस जीवनू जन्म तो लैके प्यारे हो वेद रूप मित्र रूपी नौबत वज रही है जन्म तो लैके। ये कहती है कि हे जीव चलने का साज तैयार कर तू जाना है। पर मनुख बेखबर होया है मरना मौत नू भुला देंदा है ज्योना की सच मन लैंदा है बड़े बड़े अडंबर रचदा है बड़िया व्यौता बड़ा कुछ सोचता है पर यह नहीं विचारिया इस सुंदर तन नू मैं छड़ के चले जाना है। भगत जी वचन कहते ने शुभ कर्मा नू कर लै नौबत वजी सुबह स्यों चलने का कर साज। तू जाना है तेनू पता किस मार्ग का तू पांदी है उस मार्ग का मनुख पांदी जिस मार्ग दे को भी गिने नहीं जाते जिहे मार्ग के गिने जाहे ना कोसा। जिस मार्ग दे को नहीं गिने जाते हे मनुख उस मार्ग का तू पांदी है। पर विचार तो घीणा है अग्ञान विद्या की अंधेरी रात विच जिउंदा है। सतगुरु भाव ने उपदेश दिंदे ने प्यारिया शुभ कर्मा नू कर जैसा कर्म का बीज तन रूपी धरती विच बीजेगा वह तेनू बढ़ना पवेगा। ये विचार सच करके मन जिन्ना नैण नींद रावल तिन्ना मिलन को आओ। फरीदा रात कथूरी वंडी है सुतिया मिलना पाओ। जिन्ना नैण नींद रावल तिन्ना मिलन को आओ। भगत फरीद जी महाराज पावन उपदेश देंदे ने अवस्था रूपी रात्रि विच भगती रूपी कस्तूरी वंडी जाती है। तू अग्ञान निंदरा विच सुत्या होया नू ते सुभगती दा भाग हिस्सा नहीं मिलदा क्योंकि रब दे प्यारे संत भगत फकीर पुकार के कहिंदे ने कि दुनिया दे लोगो नाम नू जप लवो। ये अमोलक जन्म मिलिया इस जन्म दा लाहा लवो। अबा जी ने पुकार के आखना भाई युग कल युग दा है नाम दा बीज बीज लवो क्योंकि इस कलयुग दे कोर युग दे विच नाम ने सखाई होना है। तन तन बाबा ईसर सिंह महाराज जी ने बख्शिशां करनियां भाई समा कलयुग दा ऐसा कलयुग दा समा जिस समय विच नाम नू जपांगे और बड़ा फल है क्योंकि सतयुग का युग त्रेता द्वापर कलयुग
इस युग दे विच पहलियां युगां विच हजारां वरिया तप करना कुछ फल मिलना बस इस युग दे विच वड्डा फल है नाम जपण दा। जे तू नाम नूं जप लवें तद जावेगा, एक गुरमुख इक्की कुल्ला नूं उतार दिंदा है। एक गुरमुख कैसियां बख्शिशां ने, एक नाम तारे संसार। एक नाम की भव सागर तो उतार दिंदा है। रीदा रात कतूरी वंडी है सुतियां मिले ना पाओ, ऐसी कस्तूरी जे तू अमृत वेले सच्चे परमेश्वर की याद चिंतन विच जुड़े, क्योंकि रब दे प्यारे जागते ने, पहले पहरे फुलड़ा फल भी पछा रात जो जागन लहन से साई कन्नों दातो दाता लेंदे ने, क्योंकि अमृत वेले का वड्डा फल ते वड्डा महत्व है प्यारियो। जिन्ना नैण नींद रावले तिन्ना मिलन कवाओ, जिन्ना दे नेत्र नींद रावले होए ने तिन्ना दा परमेश्वर नाल मिलना कित्थों होवे। आव जो निंदरा तो जागे ही नहीं, जो सच्चे दी याद चिंतन विच नहीं जुड़े, जो निंदरा नूं त्याग के बंदगी विच जुड़दे ने वह परमेश्वर नाल अभेद हो जांदे ने, क्योंकि अमृत वेले का बड़ा फल ते बड़ा महत्व है। अमृत वेला सच नाओ वड़ियाई विचार, करमी आवै कपड़ा नदरी मोख द्वार। फरीदा मैं जानिया दुख मोजो कु दुख सबाया जग। भगत फरीद जी महाराज पावन बचन कहिंदे ने, मैं जानिया दुख मुझ को दुख सवाया जग। मैं जानिया सी कि दुख मैनू ही है, तां तू सारा जगत दे जीवां नूं ही दुख हो रहा है। नानक दुखिया सब संसार, सारा जगत ही दुखी है। नुक सुते कहिंदा मैं अत दा दुखी हाँ। भगत फरीद जी ये बचन कहते ने, फरीदा मैं जानिया दुख मुझ को दुख सवाया जग। ऊचे चढ़ के देखे ता कर कर ए अग। जब शरीर ते उपराम हो गए, इस तन नालों उपराम होए, वैराग विच अस्तित हो गए, मन वैरागी होया, फिर देखिया कि तब घर घर विच सर्व जीवां दे सिर विच ये दुखां रूप अग्नि प्रतीत होई कि अत दे दुखी ने। जदों ऐसी अवस्था दे मालक बन गए, फिर देख लिया ऊचे चढ़ के कोई चवारी अटारी ते चढ़ के नहीं, जदों ऐसी अवस्था दे मालक बन गए, ऊचे चढ़ के देखिया ता घर घर एहा अग। महला पंजोवां फरीदा भूम रंगावली मंज वसूला बाग। भगत फरीद जी महाराज जी द्वारा गुरु अर्जन देव महाराज जी वचन कहते हैं, हे प्यारियो ये बुद्धि रूपी पृथ्वी जो आनंद वाली सी, इसके विशेष करके सूलों का बाग हरिया भरिया हो गया। सूलों का बाग, इस तन विच सूलों का बाग, भगत जी कह रहे ने। रीदा भूम रंगावली मंज वसूला वाग, बड़ी आनंद वाली यह पृथ्वी बुद्धि सी, दे विच विशेष करके सूलां दा वाग हरिया भरिया हो गया। कैसा बाग,
ਜੋ ਕਾਮ ਕਰੋ ਲੋ ਮੋਹੰਕਾਰ ਕੰਡਿਆਂ ਦੇ ਵਿਰਛ ਆਣ ਉਹਦੇ ਹੋਈ ਐਸਾ ਬਾਗ ਹਰਿਆ ਭਰਿਆ ਹੋ ਗਿਆ। ਜੋ ਇਹ ਪੰਜੇ ਵਿਕਾਰ ਨੇ ਇਹ ਮਾਨੋ ਸੂਲਾਂ ਦਾ ਬਾਗ ਹੈ। ਜੋ ਭੱਤ ਜੀ ਕਹਿੰਦੇ ਨੇ ਜੋ ਜਨ ਪੀਰਨ ਵਾਜਿਆ ਤਿੰਨਾ ਅੰਚਨਾ ਲਾਗ। ਜਿਨ ਜਨਾਂ ਨੂੰ ਗੁਰੂ ਪੀਰਾਂ ਨੇ ਵਡਿਆਇਆ ਨਵਾਜਿਆ, ਜੋ ਪਿਆਰੀ ਉਹ ਗੁਰੂ ਪੀਰ ਦੇ ਬਣ ਗਏ। ਜਿਨ੍ਹਾਂ ਨੇ ਕੋਈ ਗੁਰੂ ਪੀਰ ਧਾਰਨ ਹੀ ਨਹੀਂ ਕੀਤਾ, ਨਿਗੁਰੇ ਕੀ ਗਤ ਨਾ ਕੇ, ਨਿਗੁਰੇ ਪੁਰਸ਼ ਦੀ ਗਤੀ ਨਹੀਂ ਹੁੰਦੀ। ਜੋ ਜਨ ਪੀਰ ਨਵਾਜਿਆ ਤਿੰਨਾਂ ਅੰਚਨਾ ਲਾਗ। ਜਿਹਨੇ ਜਨਾਂ ਨੇ ਗੁਰੂ ਅਤੇ ਪੀਰਾਂ ਨੇ ਵਡਿਆਇਆ ਜਿਨ੍ਹਾਂ ਜਨਾਂ ਨੂੰ, ਤਿੰਨਾਂ ਨੂੰ ਤਿੰਨ ਸੂਲਾਂ ਦੀ ਆਂਚ ਵੀ ਨਹੀਂ ਲੱਗਦੀ ਪਿਆਰੀਓ, ਕਿਉਂਕਿ ਗੁਰੂ ਰੱਖਦਾ ਹੈ। ਜੋ ਗੁਰੂ ਦਾ ਬਣ ਜਾਵੇ, ਭਾਈ ਜੋਗੇ ਦੀ ਆਪ ਪੈਜ ਰੱਖੀ ਕਲਗੀਧਰ ਮਹਾਰਾਜ ਗੁਰਦੇਵ ਪਾਤਸ਼ਾਹ ਜੀ ਨੇ। ਜੋ ਬਣ ਗਿਆ ਗੁਰੂ ਦਾ, ਫਿਰ ਗੁਰੂ ਵੀ ਉਹਦਾ ਹੈ। ਸਤਪੁਰਸ਼ਾਂ ਨੇ ਬਖਸ਼ਿਸ਼ਾਂ ਕਰਨੀਆਂ, ਜੋ ਗੁਰੂ ਨਾਨਕ ਦਾ, ਗੁਰੂ ਨਾਨਕ ਉਹਦਾ ਹੈ। ਬਾਹਾਂ ਪਕੜ ਗੁਰ ਕੱਢਿਆ ਸੋਈ ਉਤਰਿਆ ਪਾਰ, ਆਪ ਬਾਂ ਫੜਦਾ ਹੈ ਗੁਰੂ ਜੋ ਗੁਰੂ ਦਾ ਬਣਿਆ। ਅਵਿਕਾਰਾਂ ਤੋਂ ਰਹਿਤ ਹੋ ਕੇ ਜਨਮ ਮਨ ਦੁੱਖ ਨੂੰ ਦੂਰ ਕਰ ਲੈਂਦੇ ਨੇ। ਜੋ ਜਨ ਪੀਰ ਨਵਾਜਿਆ ਤਿੰਨਾਂ ਅੰਚ ਨਾ ਲਾਗ। ਮਹੱਲਾ ਪੰਜੋ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਦੜੀ ਦੇ। ਉਮਰ ਸੁਹਾਵੜੀ ਦੇ ਸੰਗ ਮਿਲ ਕੇ ਦੇਹ ਸਫਲ ਹੋ ਜਾਂਦੀ ਹੈ ਪਿਆਰਿਓ। ਉਮਰ ਸੁਹਾਵੜੀ ਸੰਗ ਸੁਵੰਦੜੀ ਦੇਹ। ਵਿਰਲੇ ਕੇਈ ਪਾਈਆਂ ਜਿੰਨਾ ਪਿਆਰੇ ਨੇ। ਇਸ ਐਸੀ ਮਾਨਸ ਦੇਹੀ ਨੂੰ ਪਾ ਕੇ ਜਿਨ੍ਹਾਂ ਦਾ ਪਿਆਰੇ ਪਰਮੇਸ਼ੁਰ ਨਾਲ ਪ੍ਰੇਮ ਹੈ, ਨੇ ਹੋ ਗਿਆ, ਐਸੇ ਸੰਤ ਜਨ ਸੰਸਾਰ ਵਿੱਚ ਵਿਰਲੇ ਦੇਖੀ ਜਾਂਦੇ ਨੇ। ਖੈਣ ਵਿਰਲੇ ਨਾ ਕੀ ਘਣੇ, ਫੈਲ ਪਕੜ ਸੰਸਾਰ ਉਹ ਘੜੇ ਨਹੀਂ ਪਿਆਰੀ, ਉਹ ਵਿਰਲੇ ਨੇ। ਵਿਰਲੇ ਕੇਈ ਪਾਈਆਂ ਨੇ ਜਿੰਨਾਂ ਪਿਆਰੇ ਨੇ, ਉਹ ਵਿਰਲੇ ਨੇ। ਇਸ ਮਾਨਸ ਦੇਹੀ ਨੂੰ ਪਾ ਕੇ ਜਿਨ੍ਹਾਂ ਦਾ ਪਿਆਰੇ ਪਰਮੇਸ਼ੁਰ ਸਾਥ ਪ੍ਰੇਮ, ਐਸੇ ਸੰਤ ਜਨ ਸੰਸਾਰ ਵਿੱਚ ਵਿਰਲੇ ਦੇਖੇ ਜਾਂਦੇ ਨੇ। ਇੱਕ ਸਮੇਂ ਪਾਕ ਪੱਟਣ ਨਗਰ ਦੀ ਤਰਫ ਦਰਿਆਓ ਦਾ ਢਾ ਆ ਲੱਗਿਆ। ਤਬ ਲੋਕ ਆਪਣੀ ਰੱਖਿਆ ਦੇ ਨਿਵਿੱਤ ਬੇਨਤੀ ਕਰਦੇ ਪਏ। ਭਗਤ ਫਰੀਦ ਜੀ ਮਹਾਰਾਜ ਕੇ ਰੱਬ ਖੁਦਾ ਦੇ ਪਿਆਰੇ ਨੇ, ਅਰਜ ਗੁਜਾਰੀ ਭਗਤ ਫਰੀਦ ਜੀ, ਦਰਿਆਓ ਦਾ ਬੜਾ ਢਾਹਾ ਲੱਗਿਆ, ਸਭ ਕੁਝ ਰੋੜ ਕੇ ਲੈ ਜਾਵੇਗਾ, ਤੁਸੀਂ ਚੱਲੋ। ਭਗਤ ਫਰੀਦ ਜੀ ਨੂੰ ਕੁਟੀਆ ਵਿੱਚੋਂ ਲੈ ਗਏ। ਦਰਿਆਓ ਦੇ ਪਾਸ ਜਾ ਕੇ ਭਗਤ ਫਰੀਦ ਜੀ ਮਹਾਰਾਜ ਜੀ ਨੇ ਬਚਨ ਜੋ ਕਹੇ, ਬਚਨ ਕਹਿਣ ਲੱਗੇ, ਕਹਿੰਦੀ ਵਹਿਣ ਨਾ ਢਾਹ ਤੋ ਪੀ ਲੇਖਾ ਦੇਵਣਾ। ਭਗਤ ਫਰੀਦ ਜੀ ਉਸ ਵਹਿਣ ਦਰਿਆ ਨੂੰ ਕਹਿੰਦੇ ਨੇ ਖਲੋ ਕੇ ਰੱਬ ਦੇ ਜਨ ਪਿਆਰੇ, ਕਹਿੰਦੀ ਵਹਿਣ ਨਾ ਢਾਹੇ ਤੋ ਵੀ ਲੇਖਾ ਦੇਵਣਾ, ਕਿਉਂਕਿ ਬੜਾ ਵਹਿਣ ਵਗ ਰਿਹਾ ਸੀ ਕਿ ਹੁਣ ਵੀ ਢਾ ਦਿੱਤੀ ਕੰਧ, ਹੁਣ ਵੀ ਢਾ ਦਿੱਤੀ। ਭਗਤ ਫਰੀਦ ਜੀ ਕਹਿੰਦੇ, ਹੇ ਵਹਿਣ ਦਰਿਆਓ, ਕਿਨਾਰੇ ਨੂੰ ਆਪਣੀ ਢਾ ਲਾ ਕੇ ਜ਼ੁਲਮ ਨਾ ਕਰ, ਕਿਉਂਕਿ ਪਰਲੋਕ ਵਿੱਚ ਜਾ ਕੇ ਤੈਨੂੰ ਵੀ ਲੇਖਾ ਦੇਣਾ ਹੋਵੇਗਾ।
क्योंकि रब दे जन आप दरगाही ने, उन्होंने पता है कि उत्थे हिसाब किताब हुंदा है सबना दा, भावें कोई बड़ा भावें कोई छोटा, भावें कोई राजा भावें कोई मंगता, कोई भी है लेखा दा देना पवेगा। भगत जी दरिया नू कह रहे ने, हे दरियाओ किनारे नू अपनी ढा ला के जुलम ना कर, पर लोक विच जाके तेनू भी लेखा देना पवेगा। जदों ऐसे सुन के दरियाओ आदि घटाउण लगे, बड़ा क्रोधवान जल होया, बड़े उछाले मारे, बड़ियां लहरां हो गईं, तां परमेश्वर दा हुक्म अदुली जाण के कि ये भी परमेश्वर का हुक्म है। भगत फरीद जी ने क्योंकि रब दे जन जान लेंदे ने कि ये मेरे खुदा अल्लाह ताला का हुक्म है। जदों ये बचन कहे दरिया होर पानी उपर चढ़ आया, बड़ियां लहरां ढा ला रही सन, होर बढ़ गई, फिर ये जान गए भगत फरीद जी कि परमेश्वर के हुक्म की अदूली। फिर बेनती पूर्वक वचन कहन लगे, जिधर रब जाए वहन तंदाऊ गौं करे। फिर ये वचन उचार दिते भगत फरीद जी, कहन लगे हे वहन हे दरियाओ हे परवा, जिस तरफ रब दी रजा है मेरे खुदा दा तेनू हुक्म है, क्योंकि तू भी हुक्म दे विच बंधिया है, तुसी तरफ गवन करके चलना कर। जदों ये वचन कहे तत्काल बहन अपनी मर्यादा विच आ गया, सब देख के आश्चर्य हो गए। ये दूजा भाव फरमाउंदे नहीं पत जी, हे जी बहन वेद शास्त्रां दी मर्यादा रूपी जो किनारा कंध है सो ढा ना, वेद मर्यादा विच जे नहीं चलेगा तैनूं भी परलोक विच लेखा देना पवेगा, कि जिस तरफ नूं चलावणे दी आग्या दित्ती है ये जीव तू तिसी तरफ चल, वेद शास्त्र वाहिगुरु दी आग्या रूप ने। वेद कतेव कहो मत झूठे, झूठा जो ना विचारे वो सच्चे ने। फरीदा दुखा सेती देहो गया, सूला सेती रात। भगत फरीदी महाराज वचन कहते ने, दुखा सेती देहो गया, सूला सेती रात, दिन भी दुखा संयुक्त चला गया और सूला दुखा साथ ही रात बतीत हो गई। खड़ा पुकारे पातनी बेड़ा कपरवात। ज्ञान पतन वाला गुरु खड़ा होके पातनी पुकार दाखें ਕੀ ਕਹਿੰਦਾ ਹੈ, ਹੇ ਜੀਵੋ ਹੇ ਦੁਨੀਆਂ ਦੇ ਲੋਕੋ, ਸਰੀਰ ਰੂਪੀ ਵਿਹੜਾ ਕਾਮਾਂ ਦੀ ਕਪੜਾਂ ਦੇ ਮੁੱਖ ਵਿੱਚ ਪੜਿਆ ਹੈ, ਇਹਨਾਂ ਤੋਂ ਬਚ ਜਾਵੋ, ਇਹਨਾਂ ਵਿਕਾਰਾਂ ਤੋਂ ਬਚ ਜਾਵੋ। ਇਹ ਵਿਕਾਰ ਜੋ ਪੰਜ ਵਿਕਾਰ ਨੇ, ਕਾਮ ਕਰੋਲੋ ਮੋਹੰਕਾਰ, ਇਹ ਤੁਹਾਨੂੰ ਨਰਕ ਵਿੱਚ ਲੈ ਜਾਵਣਗੇ। ਖੜਾ ਪੁਕਾਰੇ ਪਾਤਣੀ ਰੱਬ ਦੇ ਪਿਆਰੇ ਪੁਕਾਰ ਕੇ ਕਹਿੰਦੇ ਨੇ, ਬੇੜਾ ਕਪਰਵਾਤ। ਲੰਮੀ ਲੰਮੀ ਨਦੀ ਵਹੈ ਕੰਦੀ ਕੇਰੇ ਤੇ। ਹੇ ਭਾਈ, ਮ੍ਰਿਤੂ ਰੂਪੀ ਲੰਮੀ ਲੰਮੀ ਨਦੀ ਵਹਿ ਰਹੀ ਹੈ, ਸ਼ੁਭ ਗੁਣਾਂ ਰੂਪੀ ਕਿਨਾਰੇ ਦੇ ਗਰਾਵਣੇ ਵਿੱਚ ਤਿਸਦਾ ਪ੍ਰੇਮ ਹੈ। ਬੇੜੇ ਨੂੰ ਕਪਲ ਕਿਆ ਕਰੇ ਜੇ ਪਾਤਣ ਰਹਿ ਸੁਚਾ ਸੁਚੇਤ। ਬੇੜੇ ਨੂੰ ਕਪਲ ਕਿਆ ਕਰੇ ਜੇ ਪਾਤਣ ਰਹਿ ਸੁਚੇਤ,
ਜੇ ਸਿੱਖ ਦੀ ਰੱਖਿਆ ਕਰਨ ਨੂੰ ਗੁਰੂ ਰੂਪੀ ਮਲਾਹ ਸੁਚੇਤ ਹੋ ਰਹੇ ਨੇ, ਪਾਤਣ ਮਲਾਹ ਨੂੰ ਆਖਿਆ ਗੁਰੂ ਸਮਰੱਥ ਜਿਨ੍ਹਾਂ ਦਾ, ਤੇ ਇਸ ਮਨ ਰੂਪੀ ਬੇੜੇ ਨੂੰ ਪਹਿਕਾ ਮਾਦੀ ਕੱਪੜ ਕਿਆ ਕਰਨਗੇ ਵਿਕਾਰ ਪੰਜੇ, ਜਿਨ੍ਹਾਂ ਦਾ ਗੁਰੂ ਸਮਰੱਥ ਹੈ। ਬ੍ਰਹਿਮ ਸਰੋਤਰੀ ਬ੍ਰਹਿਮ ਦ੍ਰਿਸ਼ਟੀ ਹੈ, ਜੋ ਗੁਰੂ ਦੇ ਬਣ ਗਏ ਪਿਆਰੇ, ਉਹ ਫਿਰ ਗੁਰੂ ਰੱਖਦਾ ਵੀ। ਜਾਮ ਗੁਰੂ ਹੋਏ ਵੱਲ ਧਨੇ ਗਿਆ ਗਾਦ ਬਦਿਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੀਂ ਗਿਆ ਕਿਜੈ, ਫਿਰ ਲੱਖਾਂ ਬਾਹਾਂ ਉਧਰਨ ਵਾਲ ਵੀ ਵਿੰਗਾ ਨਹੀਂ ਗੁਰੂ ਜਿਨ੍ਹਾਂ ਦੇ ਵੱਲ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਉਦ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਜੋ ਗੁਰੂ ਦਾ ਬਣ ਜਾਵੇ, ਗੁਰੂ ਰੱਖਦਾ ਹੈ। ਦੁਕਾਲੰ ਪਰਣਾਸੀ ਦਿਆਲੰ ਸਰੂਪੇ, ਸਦਾਂਗ ਸੰਗੇ ਅਭੰਗੰ ਵਿਭੂਤੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਬੇੜੇ ਨੂੰ ਕੱਪੜ ਕਿਆ ਕਰੇ ਜੇ ਪਾਤਣ ਰਹੇ ਸੁਚੇਤ, ਗੁਰੂ ਮਲਾ ਸੁਚੇਤ ਹੈ, ਗੁਰੂ ਸਮਰੱਥ ਹੈ। ਜਿਸ ਗੁਰੂ ਦੇ ਚੱਕਰ ਹਾਂ ਗੁਰੂ ਰੱਖਦਾ ਹੈ, ਫਿਰ ਇਹ ਕਾਮਾਦੀ ਵਿਕਾਰ ਬੇੜੇ ਨੂੰ ਕਿਆ ਕਰਨਗੇ, ਕੁਝ ਨਹੀਂ ਕਰ ਸਕਦੇ। ਜੋ ਗੁਰੂ ਦੇ ਬਣ ਗਏ, ਗੁਰੂ ਆਪ ਆਪਣੀਆਂ ਜਨਾਂ ਪਿਆਰੀਆਂ ਦੀ ਪਿਆਰੀ ਉਹ ਲਾਜ ਪ੍ਰਤਿਗਿਆ ਰੱਖਦਾ, ਜੋ ਗੁਰੂ ਦੀ ਕਾਰ ਵਿੱਚ ਨਹੀਂ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਤਾਤੀ ਵਾਉ ਨਾ ਲੱਗ ਗਈ ਪਾਰ ਬ੍ਰਹਿਮ ਸਰਣ ਆਈ, ਚੌ ਗਿਰਦ ਹਮਾਰ ਰਾਮ ਕਾਰ ਦੁੱਖ ਲੱਗੇ ਨਾ ਪਾਏ। ਜੋ ਰਾਮ ਦੀ ਕਾਰ ਵਿੱਚ, ਫਿਰ ਕੋਈ ਦੁੱਖ ਨਹੀਂ ਲੱਗਦਾ, ਕਿਉਂਕਿ ਗੁਰੂ ਦੀ ਬਖਸ਼ਿਸ਼ ਹੈ। ਫਰੀਦਾ ਗੱਲੀ ਸੋ ਸੱਜਣਾ ਵੀ ਇੱਕ ਢੂੰਡੇਂਦੀ ਨਾਲ। ਭਗਤ ਫਰੀਦ ਜੀ ਮਹਾਰਾਜ ਫਰਮਾਉਂਦੇ ਨੇ, ਧਾਰਨਾ ਤੇ ਰਹਿਤ ਵਾਲਾ ਏ, ਗੱਲਾਂ ਕਰਨ ਵਾਲੇ ਸੱਜਣ ਤਾਂ ਸੌ ਮਿਲ ਜਾਂਦੇ ਨੇ, ਵੀਹ ਸੌ ਨੂੰ ਕਹਿੰਦੇ। ਗੱਲੀ ਸੋ ਸੱਜਣ ਵੀ ਇੱਕ ਢੂੰਡੇਂਦੀ ਨਾਲ, ਧਾਰਨਾ ਤੋਂ ਬਿਨਾਂ ਜੋ ਆਪ ਚੱਲਦੇ ਹੀ ਨਹੀਂ। ਐਸੇ ਸੱਜਣ ਤਾਂ ਸੌ ਮਿਲ ਜਾਂਦੇ ਨੇ, ਭੱਜ ਜੀ ਕਹਿੰਦੇ ਨੇ। ਔਰ ਜੋ ਧਾਰਨਾ ਵਾਲੇ ਨੇ, ਜੋ ਮਰਿਆਦਾ ਵਿੱਚ ਚੱਲਦੇ ਨੇ, ਰਹਿਣੀ ਰਹਿਤ ਵਾਲੇ ਨੇ, ਉਹ ਮੈਂ ਖੋਜਦੀ ਹਾਂ ਸੋ ਇੱਕ ਨਹੀਂ ਮਿਲਦਾ। ਧੋਖਾ ਜਿਉਂ ਮਾਲੀ ਕਾਰਣ ਤਿੰਨਾ ਮਾਪਰੀ, ਜਦਕਿ ਮਲੀ ਦੀ ਤਰ੍ਹਾਂ ਧੁੱਖਦੀ ਰਹਿੰਦੀ ਹਾਂ, ਇਹ ਚਿੰਤਾ ਕਰਕੇ ਮੈਂ ਦੁਖੀ ਰਹਿੰਦੀ ਹਾਂ, ਕਿਉਂਕਿ ਜੋ ਮੇਰੇ ਪਤੀ ਦੇ ਮਿਲਾਵਣ ਵਾਲੇ ਸੰਤ ਜਨ ਸੱਜਣ ਨੇ, ਤਿੰਨਾਂ ਨੂੰ ਮਿਲਣੇ ਨੂੰ ਖੋਜਦੀ ਰਹਿੰਦੀ ਹਾਂ ਕਿ ਕਦੋਂ ਮਿਲਣ ਮੈਨੂੰ ਰੱਬ ਦੇ ਪਿਆਰੇ ਮਿਲੇ ਹੋਏ। ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀ ਹੈ ਕੌਣ, ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀ ਹੈ ਕੌਣ। ਇਹ ਤਨ ਭੌਂਕਣੇ ਵਾਲਾ ਕੂਕਰ ਬਤ ਹੈ ਪਿਆਰੇ, ਇਸ ਦੇ ਵਾਸਤੇ ਦਾ ਪ੍ਰਤੀ ਕੌਣ ਦੁਖੀ, ਐਸਾ ਤਨ ਹੈ। ਕੰਨੀ ਬੁੱਝੇ ਦੇਰਾ ਕੀਤੀ ਵਗੈ ਪੌਣ, ਇਸਦੇ ਸ਼ਬਦ ਸੁਣਨੇ ਅਤੇ ਕੰਨਾਂ ਵਿੱਚ ਬੁੱਝੇ ਦੇ ਰੱਖੀਏ, ਫਿਰ ਭਾਵੇਂ ਕਿਤਨੀ ਪਵਨ ਵੀ ਵਗੇ, ਭਾਵੇਂ ਕਿ ਇਹ ਸਰੀਰ ਵਸਤਰ ਆਦਿਕ ਪਹਿਨੇ ਨੂੰ ਭੌਂਕਦਾ ਮੰਗਦਾ ਰਹਿੰਦਾ। ਕਹਿਣ ਦਾ ਭਾਵ ਕਿ ਤਨ ਬੜੇ ਪਦਾਰਥ ਮੰਗਦਾ, ਕਦੇ ਕੁਝ ਮੰਗਦਾ ਕਦੇ ਕੁਝ ਮੰਗਦਾ, ਕਿਆ ਚਾਹੁੰਦਾ ਇਸ ਨੂੰ ਅੰਨ ਵਸਤਰ ਨਿਰਵਾਹ ਮਾਤਰ ਦਈਏ ਤਨ ਨੂੰ, ਸ਼ੇਸ਼ ਚਾਹੇ ਤਾਂ ਇਸ ਨੂੰ ਪਿੱਠ ਦੇ ਛੱਡੀਏ, ਭਾਵੇਂ ਕਿਤਨੀ ਹੀ ਤ੍ਰਿਸ਼ਨਾ ਸੰਕਲਪ ਰੂਪੀ ਪਵਨ ਵਗ ਜਾਵੇ, ਬੜੀਆਂ ਆਸ਼ਨਾਵਾਂ ਵਾਸ਼ਨਾਵਾਂ ਉੱਠਣ, ਨਾ ਦਈਏ। ਭਗਤ ਜੀ ਕਹਿੰਦੇ ਨੇ ਕੰਨੀ ਬੁੱਝੇ ਦੇ ਰਹਾ ਕਿਤੀ ਵਗੈ ਪਾਉਣ, ਇਹ ਤ੍ਰਿਸ਼ਨਾ ਕੇ ਦੁਖੀ ਨਾ ਰੱਖੀਏ, ਉਸ ਪਰਮੇਸ਼ੁਰ ਦੀ ਰਜਾ ਵਿੱਚ ਪ੍ਰਸੰਨ ਰਹੀਏ।
ਫਰੀਦਾ ਰੱਬ ਖਜੂਰੀ ਪੱਕੀਆ ਵਾਖੈ ਨਹੀਂ ਵਹਨ। ਭਗਤ ਜੀ ਫਰਮਾਉਂਦੇ ਨੇ ਰੱਬ ਦੀਆਂ ਖਜੂਰਾਂ ਪੱਕੀਆਂ ਹੋਈਆਂ ਨੇ, ਉਹ ਸਹਿਤ ਦੀਆਂ ਨਦੀਆਂ ਵਗਦੀਆਂ ਨੇ। ਭਾਵ ਪਰਮੇਸ਼ੁਰ ਦੇ ਸੰਤ ਜਨ ਖਜੂਰਾਂ ਸ਼ੁਭ ਗੁਣ ਰੂਪੀ ਫਲਾਂ ਨੂੰ ਧਾਰ ਰਹੇ ਨੇ ਰੱਬ ਦੇ ਜਨ ਪਿਆਰੇ। ਇਹਦੇ ਵਿੱਚ ਨਿਗਟ ਕਥਾ ਕੀਰਤਨ ਰੂਪੀ ਇਹ ਸਹਿਤ ਸਮ ਮੁਦਰ ਨਦੀਆਂ ਚੱਲਦੀਆਂ ਨੇ, ਸਹਿਤ ਦੀਆਂ ਮਾਨੋ ਜੋ ਕਥਾ ਕੀਰਤਨ ਰੱਬ ਦੇ ਘਰ ਹੁੰਦਾ। ਇੱਧਰ ਇਹ ਹਾਲ ਹੈ, ਰੱਬ ਖਜੂਰੀ ਪੱਕੀਆਂ ਵਾਖੈ ਨਹੀਂ ਵਹਨ, ਜੋ ਜੋ ਵੰਜੈ ਡੀਹੜਾ ਸੋ ਉਮਰ ਖਤ ਪਵਨ। ਭਗਤ ਜੀ ਫਰਮਾਉਂਦੇ ਨੇ ਜੋ ਜੋ ਵੰਜੈ ਡੀਹੜਾ ਸੋ ਉਮਰ ਖਤ ਪਵਨ। ਜੋ ਜੋ ਦਿਨ ਬੀਤਦਾ ਲੰਘਦਾ ਹੈ ਪਿਆਰਿਓ, ਤਿੰਨ ਸੰਤਾਂ ਬਿਨਾਂ ਕੋਈ ਆਜੂ ਨੂੰ ਖਤ ਪਾਉਂਦਾ। ਭਾਵ ਦਿਨ ਦਿਨ ਪ੍ਰਤੀ ਉਮਰ ਆਪਣੀ ਘੱਟਦੀ ਜਾਂਦੀ ਹੈ, ਵੱਧਦੀ ਨਹੀਂ। ਛਿਨ ਛਿਨ ਔਦ ਵਿਹਾਤ ਹੈ ਫੂਟੈ ਘੱਟ ਜਿਉਂ ਪਾਣੀ। ਇਹ ਦਿਨ ਹਫ਼ਤੇ ਮਹੀਨੇ ਸਾਲ ਆਪਾਂ ਨੂੰ ਗਿਣਤੀ ਅਤੇ ਮਿਣਤੀ ਦੇ ਮਿਲੇ ਨੇ, ਨਾ ਵੱਧਦੇ ਨੇ ਨਾ ਘੱਟਦੇ ਨੇ। ਮੰਡ ਲਿਖਾਏ ਮੰਡਲ ਮਹਿ ਆਏ, ਮੰਡਾਂ ਆਪਾਂ ਲਿਖਾ ਕੇ ਹੀ ਆਏ ਹਾਂ ਕਿ ਕਿਸ ਦਿਨ ਮਰਨਾ ਹੈ, ਉਹ ਕੈਸੀ ਜਗ੍ਹਾ ਹੋਵੇਗੀ, ਕਿਵੇਂ ਮਰਨਾ ਹੈ। ਇਹ ਧੁਰੋਂ ਲਿਖਿਆ ਹੈ, ਮਿਲਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਵਾਰ, ਸਾਰੀ ਲੁਕਾਈ ਜਗਤ ਮ੍ਰਿਤੂ ਦੇ ਘੇਰੇ ਵਿੱਚ ਹੈ। ਭਗਤ ਫਰੀਦ ਜੀ ਮਹਾਰਾਜ ਉਪਦੇਸ਼ ਦਿੰਦੇ ਨੇ ਪਿਆਰਿਓ, ਰੱਬ ਖਜੂਰੀ ਪੱਕੀਆਂ ਵਾਖੈ ਨਹੀਂ ਵਹਨ, ਸਹਿਤ ਦੀਆਂ ਨਦੀਆਂ ਵਗਦੀਆਂ ਨੇ, ਰੱਬ ਦੀਆਂ ਖਜੂਰਾਂ ਪੱਕੀਆਂ ਹੋਈਆਂ। ਪਰਮੇਸ਼ਰ ਦੇ ਜੋ ਸੰਤ ਭਗਤ ਰੱਬ ਦੇ ਪਿਆਰੇ ਮਹਾਂਪੁਰਸ਼ ਸ਼ੁਭ ਗੁਣ ਰੂਪੀ ਫਲਾਂ ਨੂੰ ਧਾਰ ਰਹੇ ਨੇ, ਤਿਨ੍ਹਾਂ ਦੇ ਵਿੱਚ ਨਿਗਟ ਕਥਾ ਕੀਰਤਨ ਰੂਪੀ ਇਹ ਸਹਿਤ ਸਮ ਵਧਰ ਨਦੀਆਂ ਹੀ ਚੱਲਦੀਆਂ ਨੇ। ਮਾਨੋ ਜੋ ਜੋ ਵੰਜੈ ਡੀਹੜਾ ਸੋ ਉਮਰ ਖਤ ਪਵਨ, ਜੋ ਜੋ ਦਿਨ ਬੀਤਦਾ ਹੈ ਸੰਤਾਂ ਤੋਂ ਬਿਨਾਂ, ਰੱਬ ਦੇ ਜਨਾਂ ਬਿਨਾਂ ਕੋਈ ਆਜੂ ਨੂੰ ਖਤ ਪਾਉਂਦਾ ਹੈ, ਦਿਨ ਦਿਨ ਪ੍ਰਤੀ ਉਮਰ ਘੱਟਦੀ ਜਾਂਦੀ ਹੈ। ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡੈ ਕਾਗ, ਐਸਾ ਤਪ ਕੀਤਾ ਭਗਤ ਫਰੀਦ ਜੀ ਮਹਾਰਾਜ ਜੀ ਨੇ ਜੋ ਤਨ ਸੁੱਕੇ ਪਿੰਜਰ ਸਮ ਹੋ ਗਿਆ, ਉਸਦੇ ਵੱਤ ਪੈਰਾਂ ਦੀਆਂ ਤਲੀਆਂ ਨੂੰ ਕਾਗ ਠੂੰਗਦੇ ਨੇ, ਇੰਦਰਿਆਂ ਰੂਪੀ ਤਲੀਆਂ ਨੂੰ ਕਾਮ ਕ੍ਰੋਧ ਲੋਭ ਮੋਹ ਕਾਲ ਕਰ ਕਾਗਾਂ ਸਮ ਠੂੰਗੇ ਮਾਰ ਕੇ ਖਿੱਚਦੇ ਨੇ। ਅਜੈ ਸੋ ਰੱਬ ਨਾ ਬੋਹੜਿਓ, ਦੇਖ ਬੰਦੇ ਕੇ ਭਾਗ। ਭਗਤ ਜੀ ਕਹਿੰਦੇ ਨੇ ਐਸਾ ਤਪ ਕਰੀਆਂ ਵੀ ਮੈਨੂੰ ਅਜੇ ਤੱਕ ਰੱਬ ਪ੍ਰਾਪਤ ਨਹੀਂ ਹੋਇਆ, ਮਿਲਿਆ ਨਹੀਂ। ਦੇਖੋ ਭਾਈ, ਐਸੇ ਮੈਂ ਬੰਦੇ ਦੇ ਮੱਧ ਭਾਗ ਨੇ, ਤਪ ਕਰਕੇ ਖੂਹੇ ਵਿੱਚ ਲਟਕਦੇ ਹੋਏ, ਕਿਉਂਕਿ 12 ਸਾਲ ਭਗਤ ਫਰੀਦ ਜੀ ਮਹਾਰਾਜ ਖੂਹ ਵਿੱਚ ਵੀ ਲੜਕੇ ਘੋਰ ਤਪ ਕੀਤਾ, ਅਤੇ ਕਾਗ ਪ੍ਰਤੀ ਜਦੋਂ ਕਾਗ ਨੇ ਆ ਕੇ ਠੁੰਗ ਮਾਰੀ, ਫਿਰ ਬਚਨ ਕਹਿਣ ਲੱਗੇ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ। ਇਹ ਕਾਗ, ਤੁਸਾਂ ਨੇ ਮੇਰੇ ਕਰੰਗ ਨੂੰ ਢੂੰਡ ਕੇ ਭਾਲ ਭਾਲ ਕੇ ਮੇਰਾ ਸੰਪੂਰਨ ਮਾਸ ਖਾ ਲਿਆ। ਇਹ ਦੋਏ ਨੈਣਾ ਮਤ ਛੂਹੋ, ਫਿਰ ਦੇਖਣ ਕੀ ਆਸ। ਪਰੰਤੂ ਇਹਨਾਂ ਦੋਨਾਂ ਨੇਤਰਾਂ ਨੂੰ ਤੁਸੀਂ ਮਤ ਛੂਣਾ ਕਰੋ,
ਕਿਉਂਕਿ ਸਾਰੇ ਧਨ ਦਾ ਮਾਸ ਤਾਂ ਘਾਹ ਖਾ ਗਏ, ਫਿਰ ਇੰਨੇ ਤਰ੍ਹਾਂ ਨੂੰ ਠੁੰਗਾ ਮਾਰ ਰੱਖੇ ਸਨ। ਸਤ ਜੀ ਕਹਿੰਦੇ ਨੇ ਹੇ ਕਾਗੋ ਇਹ ਦੋਏ ਨੈਣਾ ਮਤ ਛੂਹੋ, ਫਿਰ ਦੇਖਣ ਕੀ ਆਸ। ਨੇਤਰਾਂ ਨੂੰ ਜੋ ਦੋ ਮੇਰੇ ਨੇਤਰ ਨੇ ਇਹਨਾਂ ਨੂੰ ਮਤ ਛੂਹਣਾ ਕਰੋ, ਕਿਉਂਕਿ ਮੈਨੂੰ ਇਹਨਾਂ ਨੇਤਰਾਂ ਦੇ ਸਾਥ ਸਦਗੁਣ ਸਰੂਪਤੀ ਦੇ ਦੇਖਣੇ ਦੀ ਆਸਾ ਹੈ। ਇਹ ਕਾਲ ਰੂਪੀ ਕਾਗ ਸਰੀਰ ਰੂਪੀ ਕਰੰਗਾਂ ਕੇ ਢੂੰਡਣੇ ਵਾਲੇ ਤੈਨੇ ਸ਼ੁਭ ਗੁਣਾਂ ਰੂਪੀ ਮੇਰਾ ਮਾਂ ਸਭ ਖਾ ਲਿਆ, ਔਰ ਮਨ ਬੁੱਧੀ ਰੂਪੀ ਇਹ ਦੋਨਾਂ ਨੇਤਰਾਂ ਨੂੰ ਸਪਰਸ਼ ਨਾ ਕਰ, ਕਿਉਂਕਿ ਮੈਨੂੰ ਇਹਨਾਂ ਨੇਤਰਾਂ ਸਾਹ ਨਿਰਗੁਣ ਸਰੂਪ ਪਤੀ ਦੇ ਦੇਖਣੇ ਦੀ ਆਸ ਹੈ। ਕਾਗਾ ਝੂੰਡਣਾ ਪਿੰਜਰਾ ਬਸੈ ਤਾਂ ਉੱਡਰ ਜਾ, ਇਹ ਕਾਗਾ ਇਹ ਸਰੀਰ ਰੂਪੀ ਪਿੰਜਰੇ ਨੂੰ ਝੂੰਡਣਾ ਨਾ ਕਰ, ਵਸਿਆ ਹੈ ਤੋ ਵੀ ਇੱਥੋਂ ਉੱਡ ਕੇ ਚਲਾ ਜਾ। ਜਿੱਤ ਪਿੰਜਰੈ ਮੇਰਾ ਸੌ ਵਸੈ ਵਾਸਨਾ ਤਿਦੂ ਖਾ। ਫਿਰ ਭਗਤ ਫਰੀਦ ਜੀ ਮਹਾਰਾਜ ਇਹ ਵਚਨ ਕਹਿੰਦੇ ਨੇ ਕਾਗ ਨੂੰ, ਜਿੱਤ ਪਿੰਜਰੈ ਮੇਰਾ ਸੌ ਵਸੈ ਵਾਸਨਾ ਤਿਦੂ ਖਾ, ਕਿ ਕਾਗ ਜਿਸ ਪਿੰਜਰੇ ਵਿੱਚ ਮੇਰਾ ਪਤੀ ਪਰਮੇਸ਼ੁਰ ਖੁਦਾ ਨਿਵਾਸ ਕਰਦਾ ਵਸਦਾ ਹੈ, ਇਸ ਪਿੰਜਰੇ ਦੇ ਵਾਸ ਨੂੰ ਨਾ ਖਾ। ਕਿਉਂਕਿ ਭਗਤ ਫਰੀਦ ਜੀ ਮਹਾਰਾਜ ਜੀ ਨੇ ਘੋਰ ਤਪ ਕੀਤਾ, ਔਰ ਕੈਸੀਆਂ ਬਖਸ਼ਿਸ਼ਾਂ ਹੋਈਆਂ ਤਰਲੋਕੀ ਦੇ ਮਾਲਕ ਦੀਆਂ, ਫਿਰ ਗੁਰੂ ਧਾਰਨ ਕੀਤਾ, ਫਿਰ ਗੁਰੂ ਦੀ ਟਹਿਲ ਕੀਤੀ, ਫਿਰ ਇੱਕ ਰੂਪ ਖੁਦਾ ਪਰਮੇਸ਼ੁਰ ਨਾਲ ਹੋ ਗਏ। ਸਤਿਗੁਰੂ ਦੀ ਉਪਦੇਹ 'ਤੇ ਚੱਲੀਏ, ਗੁਰਸ਼ਬਦੀ ਗੁਰਮਤੀਏ ਬਣੀਏ, ਨਾਮ ਨੂੰ ਜਪੀਏ, ਇਸ ਅਮੋਲਕ ਜਨਮ ਦਾ ਲਾਹਾ ਲਈਏ, ਸੰਗ ਕਰੀਏ ਸਤ ਪੁਰਸ਼ਾਂ ਦਾ, ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ।